देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। पिछले दिनी केंद्र सरकार वालों एक चिट्ठी तमाम किसान जथेबंदियों नूं भेजी गई सी। उस चिट्ठी ते लगातार मंथन हो रहा, कुछ जथेबंदियां हाले तक मीटिंग कर रही हैं, लेकिन BKU उग्राहा ने इन्हां दी एक प्रेस कॉन्फ्रेंस की है। इन्हां गलबात करते हैं साडे नाल ने उग्राहा साहब। जिहड़ी चिट्ठी आई है केंद्र सरकार वालों, पहले तो किवें देखते हो उस चिट्ठी नूं, की तुहाडा नज़रिया हैगा उस चिट्ठी नूं लैके? दूजा, दो जथेबंदियां ਤੁਹਾਡੀ ਪ੍ਰੈਸ ਕਾਨਫਰੰਸ ਵੀ ਕੀਤੀ ਆ, ਅੱਗੇ ਤੁਸੀਂ ਜਾਣਾ ਕੇਂਦਰ ਨਾਲ ਗੱਲਬਾਤ ਕਰਨ ਦੇ ਲਈ ਜਾਂ ਫਿਰ ਕੀ ਤੁਹਾਡੀ ਰਣਨੀਤੀ? ਉਹ ਅਸਲ 'ਚ ਜਿਹੜੀ ਪ੍ਰਚਾਰਿਆ ਜਾ ਰਿਹਾ ਵੀ ਕੇਂਦਰ ਨੇ ਸੱਦਾ ਪੱਤਰ ਭੇਜਦਾ, ਤੁਸੀਂ ਵੀ ਉਸ ਦਿਨ ਸਾਨੂੰ ਪੁੱਛਿਆ ਵੀ ਪਹਿਲੇ ਪ੍ਰੈਸ ਕਾਨਫਰੰਸ ਦੀ ਸੱਦਾ ਪੱਤਰ ਆਇਆ, ਤੁਸੀਂ ਜਾਣਾ ਕਿ ਨਹੀਂ ਜਾਣਾ? ਅਸੀਂ ਕਿਹਾ ਵੀ ਪੜ੍ਹਨਾ ਅਜੇ ਬਾਕੀ ਹੈ। ਉਹ ਅਸਲ 'ਚ ਸੱਦਾ ਪੱਤਰ ਨਹੀਂ ਹੈ, ਉਹ ਇੱਕ ਚਿੱਠੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੇ 'ਤੇ ਇਸ ਘੇਰੇ 'ਚ ਇੱਕ ਕੰਟੇਰੀਆ ਬਣਾਤਾ ਵੀ ਇਹਦੇ ਵਿੱਚ ਰਹਿ ਕੇ ਤੁਸੀਂ ਗੱਲ ਕਰਨੀ ਹੈ, ਥਾਂ ਵੀ ਤੁਹਾਡਾ, ਡੇਟ ਵੀ ਤੁਹਾਡੀ, ਦੱਸ ਦਿਓ ਕਦੋਂ ਕਰਨੀ ਹੈ। ਉਹ ਇਸ ਤਰ੍ਹਾਂ ਦੀ ਹੈ, ਉਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਭੱਬਲ ਭੂਸੇ 'ਚ ਪਾਇਆ ਉਹਨੇ, ਲੋਕਾਂ ਨੂੰ ਵੀ, ਜਥੇਬੰਦੀਆਂ ਨੂੰ ਵੀ। ਆਮ ਲੋਕਾਂ ਦੇ ਵਿੱਚ ਇਹ ਹੈ ਵੀ ਡੈਡ ਲਾਕ ਤੋੜਿਆ, ਸਰਕਾਰ ਨੇ ਡੈਡ ਲਾਕ ਤੋੜਤਾ, ਇਹਦੇ ਨਾਲ ਡੈਡ ਲਾਕ ਨਹੀਂ ਤੋੜਦਾ। ਯਾਨੀ ਕਿ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਯਾਰ ਵੀ ਅਸੀਂ ਤਾਂ ਮਿਲਣਾ ਚਾਹੁੰਦੇ ਹਾਂ, ਬੈਠਣਾ ਚਾਹੁੰਦੇ ਹਾਂ ਕਿਸਾਨ ਜਥੇਬੰਦੀਆਂ ਨੂੰ। ਇਹਦਾ ਲੋਕਾਂ ਨੂੰ ਸਾਡੇ ਨਾਲੋਂ ਤੋੜਨਾ ਕਿਵੇਂ ਹੈ? ਬਾਹਰ ਬੈਠੇ ਹਿੱਸਿਆਂ ਦੇ ਉੱਤੇ ਆਪਦਾ ਪ੍ਰਭਾਵ ਕਿਵੇਂ ਛੱਡਣਾ? ਸਰਕਾਰ ਕਿੰਨੀ ਗੰਭੀਰ ਹੈ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਖਾਤਰ, ਇਹ ਪ੍ਰਚਾਰ ਕੀਤਾ, ਇਹ ਪ੍ਰਚਾਰ ਦਾ ਇੱਕ ਸਾਧਨ ਹੈ, ਹੋਰ ਇਹ ਕੁਛ ਨਹੀਂ। ਇਸ ਤੋਂ ਇਲਾਵਾ ਉਹਨਾਂ ਵੱਲ ਇਹ ਵੀ ਕਿਹਾ ਜਾ ਰਿਹਾ ਕਿ ਜੋ ਪਹਿਲਾਂ ਤੁਸੀਂ ਰੱਦ ਕੀਤੇ ਸੀ ਸਾਡੇ ਔਫਰ ਜਿਹੜੇ, ਉਹਨਾਂ ਦਾ ਲਿਖਤੀ ਦੱਸੋ ਸਾਨੂੰ ਵੀ, ਲਿਖਤੀ 'ਚ ਕਿਉਂ ਤੁਸੀਂ ਉਹ ਰੱਦ ਕੀਤੇ ਸੀ ਤੁਹਾਡੇ ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ ਤੁਹਾਨੂੰ ਔਫਰ? ਦੇਖੋ ਉਹ ਤਾਂ ਮਿੰਟਸ ਨੋਟ ਨੇ ਉਹਨਾਂ ਦੇ, ਮਿੰਟਸ ਪੜ੍ਹ ਲੈਣ ਆਪਦੇ ਰੱਦ ਕਰਨ ਦੀ ਕੀ ਹੈ, ਉਹਨਾਂ ਦਾ ਬੰਦੇ ਲਿਖਦੇ ਨੇ ਜਿਹੜਾ ਕੁਛ ਅਸੀਂ ਉੱਥੇ ਬੋਲ ਕੇ ਆਇਆ, ਉਹ ਲਿਖਤੀ ਉਹਨਾਂ ਕੀ ਹੈ, ਲਿਖਤੀ ਭੇਜਿਆ ਵੀ ਪਹਿਲਾਂ ਜਥੇਬੰਦੀਆਂ ਨੇ, 31 ਜਥੇਬੰਦੀਆਂ ਵੱਲੋਂ ਗਿਆ, ਸ਼ਾਇਦ ਸੰਯੁਕਤ ਮੋਰਚੇ ਵੱਲੋਂ ਵੀ ਗਿਆ। ਜੇ ਕੋਈ ਲੋੜ ਸਮਝਾਂਗੇ ਕੋਈ ਲਿਖਤੀ ਭੇਜਣ ਦੀ, ਮਹਿਸੂਸ ਕਰਾਂਗੇ, ਅਸੀਂ ਭੇਜ ਦਾਂਗੇ। ਹਾਲੇ ਤੱਕ ਲਿਖਤੀ ਤੁਸੀਂ ਕੁਛ ਭੇਜਿਆ ਨਹੀਂ ਉਹਨਾਂ ਨੂੰ ਆਪਣੀਆਂ? ਲਿਖਤੀ ਦੀ ਲੋੜ ਹੀ ਨਹੀਂ ਸੀ, ਭਈ ਬਹਿਸ ਹੋਈ ਆ, ਉੱਥੇ ਮਿੰਟਸ ਨੋਟ ਹੁੰਦੇ ਨੇ, ਉਹਨਾਂ ਕੋਲ ਮਿੰਟਸ ਹੈਗੇ ਨੇ। ਕਾਨੂੰਨ ਤਾਂ ਇਹ ਕਹਿੰਦਾ ਨਾ ਕਿ ਜੋ ਲਿਖਤੀ ਦੇਖਿਆ ਜਾਂਦਾ ਨਾ, ਕਾਨੂੰਨ ਦੇ ਵਿੱਚ ਰਿਕਾਰਡ ਦੇ ਵਿੱਚ ਤਾਂ ਲਿਖਤੀ ਚੀਜ਼ਾਂ ਜਾਣ ਗਈਆਂ ਨਾ, ਤੁਹਾਡੇ ਵੱਲੋਂ ਕਿਉਂ ਲਿਖਤੀ ਨਹੀਂ ਭੇਜਿਆ? ਮੈਨੂੰ ਨਹੀਂ ਸਮਝ ਆਉਂਦੀ ਵੀ ਕੀ ਲਿਖਤ ਮੰਗੀ ਹੈ ਉਹਨਾਂ ਨੇ। ਜੇ ਕੀ ਮੰਗਣਗੇ ਉਹ ਅਸੀਂ ਦੇ ਦਾਂਗੇ, ਜੇ ਸਮਝਾਂਗੇ ਲੋੜ ਸਮਝਾਂਗੇ ਦੇ ਦਾਂਗੇ ਲਿਖਤੀ ਸਾਨੂੰ ਕੀ। ਹੁਣ ਤੁਹਾਡੇ ਜਥੇਬੰਦੀਆਂ ਵੱਲੋਂ ਕੀ ਫੈਸਲਾ ਲਿਆ ਗਿਆ, ਤੁਸੀਂ ਜਾਓਗੇ ਜਾਂ ਨਹੀਂ ਜਾਓਗੇ, ਜਾਂ ਇਸ ਤੋਂ ਇਲਾਵਾ ਕਿਹੜਾ ਫੈਸਲਾ? ਦੇਖੋ ਫਿਲਹਾਲ ਸਾਡੀ ਜਥੇਬੰਦੀਆਂ ਵੱਲੋਂ ਇਹ ਫੈਸਲਾ, ਅਸੀਂ ਚਿੱਠੀ ਨੂੰ ਸਮਝਦੇ ਕਿ ਅਸੀਂ ਪ੍ਰੈਸ ਦੇ ਸਾਹਮਣੇ ਕਨਵੇ ਕਰਤੀ, ਰੱਦ ਕਰ ਦਿਓ। ਅਸੀਂ ਇਹ ਸਮਝਦੇ ਹਾਂ ਵੀ ਇਸ ਚਿੱਠੀ ਦੇ ਵਿੱਚ ਕੋਈ ਸੱਦਾ ਪੱਤਰ ਵਾਲੀ ਗੱਲ ਨਹੀਂ, ਗੱਲ ਨੂੰ ਡੈਡ ਲਾਕ ਤੋੜਨ ਵਾਲੀ ਕੋਈ ਗੱਲ ਨਹੀਂ ਹੈ। ਫਿਰ ਵੀ ਇਹਦਾ ਜਵਾਬ ਕਿਵੇਂ ਦੇਣਾ? ਮੀਟਿੰਗ ਜਾਣਾ ਕਿ ਨਹੀਂ ਜਾਣਾ? ਜੇ ਜਾਣਾ ਤਾਂ ਕੀ ਕਹਿਣਾ, ਜੇ ਨਹੀਂ ਜਾਣਾ ਤਾਂ ਕੀ ਕਹਿਣਾ? ਤੁਹਾਡੀ ਰਣਨੀਤੀ ਕੀ ਹੈਗੀ ਅੱਗੇ, ਕਿਸ ਤਰੀਕੇ ਨਾਲ ਗੱਲ ਵਧਾਓਗੇ? ਬੈਠਿਆ ਮਸਲਾ ਦਾ ਹੱਲ ਨਹੀਂ ਹੋਣਾ, ਤੁਸੀਂ ਮੁਲਾਕਾਤ ਲਈ ਤੁਸੀਂ ਪ੍ਰਪੋਜ਼ਲ ਰੱਖੋਗੇ, ਉਹ ਪ੍ਰਪੋਜ਼ਲ ਰੱਖੋਗੇ, ਕਿਸ ਤਰੀਕੇ ਨਾਲ? ਉਹ ਇੱਕ ਪਾਵਰ ਹੈ, ਪਾਵਰ ਇਸ ਗੱਲ ਨੂੰ ਅੱਗੇ ਤੋਰ ਸਕਦੀ ਹੈ, ਪਾਵਰ ਕਹਿ ਸਕਦੀ ਹੈ ਵੀ ਭਾਈ ਠੀਕ ਹੈ, ਤੁਸੀਂ ਆ ਜਾਓ, ਅਸੀਂ ਸੋਚ ਲਿਆ, ਅਸੀਂ ਵਿਚਾਰ ਲਿਆ। ਚੱਲ ਜੇ ਬਹੁਤਾ ਨਹੀਂ ਕਹਿ ਸਕਦੇ ਤਾਂ ਇਹ ਤਾਂ ਕਹਿ ਸਕਦੇ ਨੇ ਵੀ ਬਿੱਲ ਤਾਂ ਕਿਸੇ ਹਾਲੇ ਕਾਨੂੰਨ ਰੱਦ ਨਹੀਂ ਹੋ ਸਕਦੇ, ਜੋ ਕਰਨਾ ਕਰੋ, ਬੈਠਣਾ ਬੈਠੋ, ਜਾਣਾ ਜਾਓ, ਕਾਨੂੰਨ ਨਹੀਂ ਰੱਦ ਹੋ, ਇਹ ਜਵਾਬ ਤਾਂ ਦੇ ਸਕਦੇ। ਦੂਜੀ ਜਥੇਬੰਦੀਆਂ ਨਾਲ ਤੁਹਾਡੀ ਗੱਲਬਾਤ ਹੋ ਰਹੀ ਹੈ, ਰਾਬਤਾ ਕਾਇਮ ਹੋ ਰਿਹਾ, ਕਿਸੇ ਤਰੀਕੇ ਨਾਲ ਗੱਲਬਾਤ? ਰਾਬਤਾ ਕਾਇਮ ਗੱਲ ਹੋਈ, ਅੱਜ ਸਵੇਰੇ ਵੀ ਹੋਈ ਹੈ, ਕੱਲ੍ਹ ਵੀ ਦਿਨ 'ਚ ਵੀ ਹੋਈ ਹੈ, ਬੈਠ ਕੇ ਵੀ ਹੋਈ ਹੈ ਫੋਨਾਂ 'ਤੇ। ਉਹਨਾਂ ਦਾ ਕੀ ਪ੍ਰਪੋਜ਼ਲ? ਉਹ ਮੀਟਿੰਗ ਲਾ ਰਹੇ ਨੇ, ਅੱਜ ਵੀ ਲਾ ਰਹੇ ਨੇ, ਕੱਲ੍ਹ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ, ਉਹਦੇ 'ਚ ਫੈਸਲਾ ਹੋ ਜਾਊਗਾ। ਉਹ ਕਹਿ ਰਹੇ ਨੇ ਉਹ ਹੱਕ ਦੇ ਵਿੱਚ ਨੇ ਕਿ ਗੱਲਬਾਤ ਟੇਬਲ ਟਾਕ ਹੋ ਜਾਣੀ ਚਾਹੀਦੀ। ਇਹ ਤਾਂ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾਓਗੇ, ਉਹਨਾਂ ਨੂੰ ਪੁੱਛ ਲਿਓ, ਕਿਉਂਕਿ ਤੁਹਾਡਾ ਵੀ ਰਾਬਤਾ ਲਗਾਤਾਰ ਹੋਈ, ਰਾਬਤਾ ਸੀ ਹੁਣ ਆਪਦੇ ਮੂੰਹ ਨਾਲ, ਕਿਉਂਕਿ ਉਹ ਕਹਿਣ ਆਪਦੇ ਮੂੰਹ ਨਾਲ। ਅੱਛਾ ਅੱਛਾ, ਯਾਨੀ ਕਿ ਤੁਹਾਡਾ ਮਤ ਹੈਗਾ ਕਿ ਹਾਲੇ ਤੱਕ ਇਸ 'ਤੇ ਮੰਥਨ ਚਿੰਤਨ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ। ਧੰਨਵਾਦ ਜੀ। ਥੈਂਕ ਯੂ। ਤਾਂ ਇਹ ਨੇ ਉਗਰਾਹਾਂ ਸਾਹਿਬ ਜੋ ਕਿ ਲਗਾਤਾਰ, ਜੋਗਿੰਦਰ ਸਿੰਘ ਉਗਰਾਹਾਂ ਜੋ ਲਗਾਤਾਰ ਇਸ ਮਸਲੇ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ। ਹਾਲਾਂਕਿ ਪਹਿਲਾਂ ਜੋ ਮੀਟਿੰਗਸ ਕੇਂਦਰ ਸਰਕਾਰ ਵੱਲੋਂ ਹੋਈਆਂ ਨੇ ਉਸ ਮੀਟਿੰਗ ਦੇ ਵਿੱਚ ਇਹ ਨਹੀਂ ਗਏ, ਲੇਕਿਨ ਹੁਣ ਇਹ ਕਿਹਾ ਜਾ ਰਿਹਾ ਕਿ ਜੋ ਚਿੱਠੀ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਆ, ਇਸ ਚਿੱਠੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਨਵੀਟੇਸ਼ਨ ਨਹੀਂ ਦਿੱਤਾ ਗਿਆ, ਕਿ ਚਿੱਠੀ ਦੇ ਵਿੱਚ ਸਿਰਫ ਭੰਬਲ ਭੁੱਸਾ ਪਾਇਆ ਗਿਆ ਕਿ ਲੋਕਾਂ ਨੂੰ ਮਿਸਗਾਈਡ ਕੀਤਾ ਜਾਵੇ, ਜਥੇਬੰਦੀਆਂ ਨੂੰ ਮਿਸਗਾਈਡ ਕੀਤਾ ਜਾਵੇ। ਇਸ ਤਰੀਕੇ ਦੀ ਆਈਡੀਓਲੋਜੀ ਕੇਂਦਰ ਸਰਕਾਰ ਵੱਲੋਂ ਅਪਣਾਈ ਜਾ ਰਹੀ ਆ, ਕਨਫਿਊਜ਼ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਜਥੇਬੰਦੀਆਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਅਸਲ ਦੇ ਵਿੱਚ ਕਹਾਣੀ ਪਿਛਲੀ ਕੁਛ ਹੋਰ ਹੈ, ਪਰਦੇ ਦੇ ਪਿਛਲੇ ਪਿਕਚਰ ਕੁਛ ਹੋਰ ਹੈਗੀ ਆ। ਤਾਂ ਇਸ ਨੂੰ ਲੈ ਕੇ ਰਣਨੀਤੀ ਇਹ ਬਣਾਈ ਗਈ ਕਿ ਦੂਜੇ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਹੀ ਆਖਰੀ ਨਿਰਣਾ ਲਿਆ ਜਾਏਗਾ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ। ਲੇਕਿਨ ਹਾਲ ਫਿਲਹਾਲ ਦੀ ਗੱਲ ਕਰੀਏ, ਹਾਲ ਫਿਲਹਾਲ ਹਾਲੇ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨਾਲ ਮੁਲਾਕਾਤ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਣੀ। ਜਦ ਮੀਟਿੰਗ ਹੋਏਗੀ ਕਿਸਾਨ ਜਥੇਬੰਦੀਆਂ ਦੀ, ਆਪਸ ਦੇ ਵਿੱਚ ਰਾਬਤਾ ਕਾਇਮ ਹੋਏਗਾ, ਉਸ ਤੋਂ ਬਾਅਦ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ ਕਿ ਅੱਗੇ ਇਸ ਗੱਲਬਾਤ ਨੂੰ ਕਿਵੇਂ ਵਧਾਉਣਾ ਹੈ। ਕੈਮਰਾਮੈਨ ਦੀਪਕ ਦਿਨਾਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਦਿੱਲੀ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।